ਹਾਂਜੀ ਸਤਿ ਸ਼੍ਰੀ ਅਕਾਲ ਜੀ। ਵੀਡੀਓ ਹੈਗੀ ਆ ਜੀ ਕਣਕ ਦੀ ਖਰੀਦ ਸੰਬੰਧੀ। ਜਿਵੇਂ ਕਿ ਪਹਿਲਾਂ ਵੀ ਦੱਸਿਆ ਸੀ, ਪਹਿਲਾਂ ਬਹੁਤ ਬੰਦਿਆਂ ਨੇ ਕਮੈਂਟ ਕੀਤੇ ਹੋਏ ਨੇ, ਹੁਣ ਵੀ ਪੜ੍ਹ ਲਿਓ ਜਿਨ੍ਹਾਂ ਨੇ ਕੀਤੇ ਨੇ ਉਹਨਾਂ ਵਾਸਤੇ ਵੀ। ਫਿਰ ਤੈਨੂੰ ਕਿਹਨੇ ਕਹਿ ਤਾ 30 ਤੱਕ ਹੋ ਗਿਆ। ਸੋ ਲੋਕਡਾਊਨ ਸੱਚੀਓ ਸਟੇਟ 'ਚ ਆਪਣੀ 'ਚ 30 ਤਰੀਕ ਤੱਕ ਹੋ ਗਿਆ। ਅਤੇ ਖੁਸ਼ਖਬਰੀ ਦੀ ਗੱਲ ਇਹ ਆ ਵੀ ਜ਼ਿਮੀਂਦਾਰਾਂ ਲਈ ਅਲੱਗ ਤੋਂ ਸਟੇਟ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਸਾਡੇ ਮੁੱਖ ਮੰਤਰੀ ਨੇ ਅਲੱਗ ਤੋਂ ਨੋਟੀਫਿਕੇਸ਼ਨ ਜਿਹੜਾ ਕੀਤਾ, ਜਿਹੜੀ ਕਿਹਾ ਉਹ ਆ ਵੀ ਜਿਹੜਾ ਲੋਕਡਾਊਨ ਆ ਉਹ 30 ਤਰੀਕ ਤੱਕ ਇਹਨਾਂ ਨੇ ਐਕਸਟੈਂਡ ਕਰਤਾ, ਸਥਿਤੀ ਨੂੰ ਦੇਖਦੇ ਹੋਏ ਕਿ ਵੀ ਨਹੀਂ ਸਾਡੇ ਤੋਂ ਸਥਿਤੀ ਕੰਟਰੋਲ 'ਚ ਆ ਰਹੀ, ਵੱਧ ਰਹੇ ਨੇ ਪੇਸ਼ੈਂਟ। ਪਰ ਜਿਹੜੀ ਆਪਣੇ ਜ਼ਿਮੀਂਦਾਰਾਂ 'ਤੇ ਪਾਈ ਹੈ, ਜ਼ਿਮੀਂਦਾਰਾਂ ਵਾਸਤੇ ਜਿਹੜੀ ਜਾਣਕਾਰੀ ਆ ਉਹ ਇਹ ਆ, ਕਣਕ ਦੀ ਜਿਹੜੀ ਖਰੀਦ ਆ ਉਹ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ 15 ਅਪ੍ਰੈਲ ਤੋਂ ਨਿਰਵਿਘਨ ਸ਼ੁਰੂ ਹੋ ਜਾਣੀ ਆ। ਜ਼ਿਮੀਂਦਾਰਾਂ ਨੂੰ ਇਹਦੇ ਨਾਲ ਕੋਈ ਲੈਣ ਦੇਣ ਨਹੀਂ, ਇਹਨੇ ਜ਼ਿਮੀਂਦਾਰ ਆਪਣਾ ਆ ਸਕਦਾ ਜਾ ਸਕਦਾ, ਟਰੈਕਟਰ ਕਿਤੇ ਵੀ ਜਾ ਸਕਦਾ, ਪੂਰੇ ਤਰੀਕੇ ਨਾਲ ਸਾਰੇ ਆਪਣੇ ਪ੍ਰੀਕਾਉਸ਼ਨਸ ਰੱਖ ਕੇ ਕਣਕ ਦੀ ਕੋਈ ਵੀ ਮੇਰਾ ਵੀਰ ਟੈਨਸ਼ਨ ਨਾ ਲਵੇ, ਕਣਕ ਉੱਦਾਂ ਹੀ ਵੱਢੀ ਜਾਣੀ ਆ, ਵਿਕ ਵੀ ਜਾਣੀ ਆ, ਲੇਬਰਾਂ ਆ ਗਈਆਂ, ਸਭ ਕੁਝ ਹੋ ਗਿਆ। ਸੋ ਅਗਲੀ ਗੱਲ ਕੀ ਆ ਜੀ, ਜਿਹੜਾ ਇਹਨਾਂ ਦਾ ਪੰਜਾਬ ਸਰਕਾਰ ਦਾ ਨਵਾਂ ਨੋਟੀਫਿਕੇਸ਼ਨ ਆ, ਉਹਨਾਂ ਨੇ ਕਿਹਾ ਕੰਬਾਈਨ ਆ ਜਿਹੜੀ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਚਲਾਈ ਜਾਊਗੀ। ਇਹ ਨਹੀਂ ਵੀ ਅੱਗੇ ਵਾਂਗ ਰਾਤਾਂ ਨੂੰ ਕੰਬਾਈਨਾਂ ਚੱਲਿਆ ਕਰਨਗੀਆਂ। ਹਰ ਜ਼ਿਮੀਂਦਾਰ ਵਾਸਤੇ ਮੰਡੀ ਨਿਰਧਾਰਤ ਕੀਤੀ ਜਾਊਗੀ। ਕਈ ਬੰਦਿਆਂ ਨੂੰ ਬਹੁਤ ਟੈਨਸ਼ਨਾਂ ਸੀ ਕਿ ਵੀ ਘਰੇ ਹਰੇਕ ਬੰਦੇ 'ਤੇ, ਦੇਖੋ ਜ਼ਿਮੀਂਦਾਰ ਕੋਲ ਜਗ੍ਹਾ ਨਹੀਂ ਹੁੰਦੀ, ਕਿਸੇ ਕੋਲ ਹੁੰਦੀ ਹੈ ਕਿਸੇ ਕੋਲ ਨਹੀਂ ਹੁੰਦੀ, ਇਹਨੂੰ ਕਿੱਥੇ ਲਾਵਾਂਗੇ। ਭਾਵੇਂ ਕਿਸੇ ਕੋਲ ਜਗ੍ਹਾ ਵੀ ਆ, ਜਗ੍ਹਾ ਵਾਲੇ ਨੂੰ ਵੀ ਬਹੁਤ ਔਖਾ, ਕਿਤੇ ਸਲਾਬ ਹੈ ਕੁਛ ਹੈ, ਕਣਕ ਖਰਾਬ ਹੋ ਜਾਵੇ, ਗਮ ਜਾਵੇ ਕਣਕ, ਗਰਮ ਹੋ ਜਾਂਦੀ ਹੈ ਕਣਕ ਪਈ ਪਈ, ਮਾੜੀ ਮੋਟੀ ਨਰਮ ਗਰਮ ਕੋਈ ਵੱਢੀ ਜਾਵੇ। ਉਦੋਂ ਬਾਅਦ ਆੜ੍ਹਤੀਆਂ ਪਾਸ ਜਾਰੀ ਕਰਨਗੇ ਜ਼ਿਮੀਂਦਾਰਾਂ ਨੂੰ, ਜਿਵੇਂ ਅਤੇ ਉਹ ਪਾਸ 'ਤੇ ਹੀ ਆਪਾਂ ਨੂੰ ਤਰੀਕ ਦਿੱਤੀ ਜਾਊਗੀ, ਤਰੀਕ ਦੇ ਕੇ ਫੋਰ ਐਗਜ਼ਾਮਪਲ ਆਪਾਂ 20 ਤਰੀਕ ਨੂੰ ਵੱਢਣੀ ਆ, 20 ਤਰੀਕ ਦਾ ਆਪਾਂ ਨੂੰ ਪਾਸ ਦਿੱਤਾ ਜਾਊਗਾ, ਆਪਾਂ ਕੰਬਾਈਨ ਲਾ ਲੈਣੀ ਆ, ਟਰਾਲੀਆਂ ਆਰਾਮ ਨਾਲ ਜਾਈ ਜਾਣੀਆਂ ਨੇ, ਕੋਈ ਮੇਰਾ ਵੀ ਟੈਨਸ਼ਨ ਕਰਨ ਦੀ ਲੋੜ ਨਹੀਂ, ਜਮਾਂ ਹੀ ਘਬਰਾਓ ਨਾ, ਮਹਾਰਾਜ ਬੈਠਾ ਉਹਨੂੰ ਸਾਰੀ ਦੁਨੀਆ ਦੀ ਫਿਕਰ। 3 ਦਿਨਾਂ ਦਾ ਵੀ ਪਾਸ ਜਾਰੀ ਹੋ ਸਕਦਾ, ਜਿਵੇਂ 20 ਕਿਸੇ ਨੇ ਜ਼ਿਆਦਾ ਵੱਢਣੀ ਆ, ਜਿਵੇਂ ਫੋਰ ਐਗਜ਼ਾਮਪਲ 20-21-22 ਉਕਣੇ 3 ਦਿਨਾਂ 'ਚ ਜ਼ਿਮੀਂਦਾਰ ਟਰਾਲੀਆਂ ਲੈ ਕੇ ਜਾ ਸਕਦਾ। ਯਾਨੀ ਜ਼ਿਮੀਂਦਾਰਾਂ ਨੂੰ ਇਹ ਹਦਾਇਤ ਕੀਤੀ ਗਈ ਆ ਕਿ ਵੱਧ ਤੋਂ ਵੱਧ ਆਈਸੋਲੇਸ਼ਨ ਰੱਖਣ, ਸੋਸ਼ਲ ਡਿਸਟੈਂਸ ਰੱਖਣ, ਇਕੱਲੇ ਆਉਣ, ਇਹ ਨਹੀਂ ਵੀ ਜਿਵੇਂ ਆਪਾਂ ਬਿਠਾ ਲਿਆਉਂਦੇ ਆ 5-5, 7-7 ਨੂੰ 2 ਪੂਰਬੀਏ, ਕੋਈ ਹੋਰ ਬੈਠਾ ਹੁੰਦਾ ਅਤੇ 5-4 ਝੁਰਲੂ ਡੈੱਕ ਚੱਲਦੇ ਨੇ, ਉਹ ਤਰੀਕਾਕਾਰ ਨਹੀਂ ਚੱਲਣਾ। ਇਕੱਲਾ ਬੰਦਾ ਸ਼ਾਂਤੀ ਨਾਲ ਵਧਾਵੇ, ਕਣਕ ਲਾ ਕੇ ਜਾਵੇ, ਅਤੇ ਪਾਸ ਵਾਲੇ ਦਿਨ ਕਣਕ ਲਿਆਉਣੀ ਹੋਊਗੀ। ਜੇ ਕਿਸੇ ਦੀ ਪਾਸ ਵਾਲੇ ਦਿਨ, ਇਹ ਵੀ ਪ੍ਰਾਵਧਾਨ ਆ ਕਿ ਕੋਈ ਕਿਸੇ ਦੀ ਕੰਬਾਈਨ ਖਰਾਬ ਆ ਜਾਂਦੀ ਹੋ ਜਾਂਦੀ ਆ, ਜਾਂ ਕਿਸੇ ਨੂੰ ਕੋਈ ਟਾਈਮ ਨਹੀਂ ਮਿਲਦਾ, ਤਾਂ ਉਹ ਬੰਦਾ ਆਪਣੀ ਜਿਹੜੀ ਉਹ ਆ ਪਾਸ ਉਹ ਤੋਂ ਬਾਅਦ ਐਕਸਟੈਂਡ ਕਰਾ ਸਕਦਾ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਸੋ ਇਹ ਸੀਗੀ ਜੀ ਜਾਣਕਾਰੀ ਜਿਹੜੀ ਪੰਜਾਬ ਸਰਕਾਰ ਦੀ ਆ ਕਿ ਲੋਕਡਾਊਨ ਆ ਜਿਹੜਾ ਉਹ 30 ਤਰੀਕ ਤੱਕ ਆ, ਪਰ ਜ਼ਿਮੀਂਦਾਰਾਂ ਨੂੰ ਕੋਈ ਟੈਨਸ਼ਨ ਨਹੀਂ। ਜ਼ਿਮੀਂਦਾਰ ਆਪਣਾ ਅੱਜ ਵੀ ਜੇ ਕੋਈ ਮਰਜ਼ੀ ਟਰੈਕਟਰ ਲੈ ਕੇ ਚਾਹੇ ਅੰਮ੍ਰਿਤਸਰ ਚਲਿਆ ਜਾਵੇ, ਚਾਹੇ ਉਹ ਕੰਨਿਆ ਕੁਮਾਰੀ ਚਲਿਆ ਜਾਵੇ, ਉਹਨੂੰ ਕੋਈ ਰੋਕ ਟੋਕ ਨਹੀਂ, ਸਾਰੇ ਆਪਣਾ ਨਿਰਵਿਘਨ ਕੰਮ ਕਰ ਰਹੇ ਨੇ, ਦੁਕਾਨਾਂ ਵੀ ਖੁੱਲ੍ਹ ਰਹੀਆਂ ਨੇ, ਸਪੇਅਰ ਪਾਰਟ ਵੀ ਮਿਲ ਰਹੇ ਨੇ, ਸਾਰਾ ਕੁਛ ਉੱਦਾਂ ਹੀ ਚੱਲ ਰਿਹਾ। ਲੇਬਰ ਦੀ ਮੇਰਾ ਵੀਰ ਬਹੁਤੀ ਕੋਈ ਟੈਨਸ਼ਨ ਨਾ ਕਰਿਓ, ਹਰ ਬੰਦੇ ਨੂੰ ਅਜੇ ਬੰਦੇ ਨੂੰ ਲੋੜ ਆ, ਜਿਹੜੇ ਆਪਣੇ ਲੋਕਲ ਬੰਦੇ ਨੇ ਕਾਮੇ, ਜਿਹਨਾਂ ਨੂੰ ਆਪਾਂ ਸੀਰੀ ਕਹਿੰਦੇ ਹਾਂ, ਸਾਂਝੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਸਾਂਝ, ਜਿਹਦੇ ਨਾਲ ਜਿਹਨਾਂ ਲੋਕਾਂ ਨਾਲ ਸਾਡੀ ਸਾਂਝ ਹੈ, ਸਾਂਝੀ ਹੋ ਗਏ, ਉਹਨਾਂ ਨੂੰ ਵੀ ਪਿੰਡਾਂ ਦੇ ਜਿਹੜੇ ਸਾਡੇ ਵੀਰ ਨੇ ਲੇਬਰ ਵਾਲੇ, ਉਹਨਾਂ ਨੂੰ ਵੀ ਕੰਮ ਦੀ ਲੋੜ ਆ, ਉਹ ਵੀ ਸਾਰੇ ਕੰਮ 'ਤੇ ਆ ਰਹੇ ਨੇ। ਮੈਂ ਬਹੁਤ ਅੱਜ ਨੋਟਿਸ ਵੀ ਕਰਿਆ, ਇਹੋ ਜਿਹੇ ਬੰਦੇ ਮੈਂ ਕਣਕਾਂ ਪੜ੍ਹਦੇ ਦੇਖੇ ਨੇ ਜਿਹੜੇ ਅੱਗੇ ਨਹੀਂ ਸੀ ਪੜ੍ਹਦੇ ਹੁੰਦੇ, ਕਿਉਂਕਿ ਪੱਠੇ ਖੜ ਗਏ, ਦੁਕਾਨਾਂ ਖੜ ਗਈਆਂ, ਜਿਹੜੇ ਮੁੰਡੇ ਦੁਕਾਨਾਂ 'ਤੇ ਕੰਮ ਕਰਦੇ ਸੀ, ਕਿਤੇ ਹੋਰ ਕੰਮ ਕਰਦੇ ਸੀ, ਫੈਕਟਰੀਆਂ 'ਚ ਖੜ ਗਈਆਂ, ਉਹ ਸਾਰੀ ਲੇਬਰ ਵਿਹਲੀ ਹੋ ਗਈ। ਇੱਕ ਮੈਂ ਹੋਰ ਇਹ 'ਚ ਗੱਲ ਐਡ ਆਨ ਕਰ ਦੇਣੀ ਚਾਹੁੰਦਾ, ਸਾਡੇ ਨਾਲ 20 ਕਿਲੋਮੀਟਰ ਮੰਡੀ ਗੋਬਿੰਦਗੜ੍ਹ ਆ, ਜਿਹਨੂੰ ਸਟੀਲ ਸਿਟੀ ਕਿਹਾ ਜਾਂਦਾ, ਲੋਹੇ ਦੀ ਹੱਪ ਹੈ, ਉੱਥੇ ਇੰਨੀ ਲੇਬਰ ਕਹਿੰਦੇ ਬੈਠੀ ਹੈ, ਜਿਹੜੀ ਇੰਡਸਟਰੀ 'ਚ ਲੇਬਰ ਸੀ ਲੋਹੇ ਵਾਲੀ, ਕਹਿੰਦੇ ਵਿਚਾਰੇ ਉਹ ਐਂ ਕਹਿੰਦੇ ਨੇ ਵੀ ਸਾਨੂੰ ਕਿਸੇ ਵੀ ਰੇਟ 'ਤੇ ਲੈ ਚੱਲੋ। ਇਹ ਮੈਂ ਸੁਣਿਆ ਗੱਲ, ਮੈਨੂੰ ਪੱਕਾ ਪਤਾ ਨਹੀਂ, ਵੈਸੇ ਹੋ ਇੱਦਾਂ ਸਕਦਾ, ਕੋਈ ਬੰਦਾ ਇਹ ਜ਼ਰੂਰ ਪਤਾ ਕਰੇ, ਹੋ ਵੀ ਸਕਦਾ, ਕੋਈ ਐਡੀ ਬੜੀ ਗੱਲ ਨਹੀਂ, ਕਿਉਂਕਿ ਹਰੇਕ ਬੰਦੇ ਨੂੰ ਜਦੋਂ ਇੰਡਸਟਰੀ ਖੜ ਗਈ, ਇੰਡਸਟਰੀ ਦੀ ਸਾਰੀ ਲੇਬਰ ਐਗਰੀਕਲਚਰ ਵਾਲੇ ਪਾਸੇ ਆਉਣੀ ਹੈ। ਦੇਖੋ 10 ਸੈਕਟਰ ਖੜ ਗਏ, 1 ਸੈਕਟਰ ਚੱਲਦਾ, ਉਹਦੇ 'ਚ ਲੇਬਰ ਦੀ ਕਿਵੇਂ ਘਾਟ ਆ ਜੂ। ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ, ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦਈਏ, ਕੋਈ ਲੇਬਰ ਦੀ ਘਾਟ ਨਹੀਂ ਆਉਣੀ, ਸਭ ਮਹਾਰਾਜ ਨੇ ਨੇਪਰੇ ਚਾੜ ਦੇਣਾ, ਕਣਕ ਵੱਢੀ ਜਾਣੀ ਆ, ਤੂੜੀ ਵੀ ਹੋਣੀ, ਕੰਮ ਕਦੇ ਨਹੀਂ ਖੜਦਾ, ਸਭ ਕੁਛ ਚੱਲਦਾ ਰਹਿਣਾ। ਸੋ ਇਹ ਸੀ ਅੱਜ ਦੀ ਇਹ ਜਾਣਕਾਰੀ, ਮੈਂ ਕਿਹਾ ਚਲੋ ਤੁਹਾਡੇ ਨਾਲ ਸਾਂਝੀ ਕਰ ਦਈਏ ਵੀ ਲੋਕਡਾਊਨ 30 ਤੱਕ ਆ, ਪਰ ਟੈਨਸ਼ਨ ਨਹੀਂ ਲੈਣੀ ਆਪਣੇ ਬਾਅਦ ਨਾਲ, ਜ਼ਿਮੀਂਦਾਰਾਂ ਨਾਲ ਲੋਕਡਾਊਨ ਦਾ ਕੋਈ ਲੈਣ ਦੇਣ ਨਹੀਂ, ਠੀਕ ਆ ਜੀ।
ਸੋ ਬਹੁਤਾ ਕੁਛ ਨਾ ਕਹਿੰਦਾ ਹੋਇਆ ਖਿਮਾ ਦਾ ਜਾਚਕ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ, ਰੱਬ ਰਾਖਾ।